ਹਰਮਿੰਦਰ ਕੌਰ। ਹਰਮਿੰਦਰ ਕੌਰ ਜੀ, ਕੀ ਹੋਇਆ ਸੀ, ਕੋਈ ਕੰਪਲੇਂਟ ਅੱਜ ਪੁਲਿਸ ਨੇ ਕੀਤੀ ਜੀ? ਮੈਂ ਇੱਕ ਨਾ 26 ਤਰੀਕ ਨੂੰ ਮੀਟਿੰਗ ਰੱਖੀ ਸੀ ਅਤੇ ਜਿਹਦੀ ਕਰਕੇ ਪਰਮਿਸ਼ਨ ਦਾ ਕੋਈ ਚੱਕਰ ਪਿਆ ਸੀ ਅਤੇ ਉਹ ਆਪਾਂ ਮੀਟਿੰਗ ਸ਼ਿਫਟ ਕਰਤੀ ਸੀ ਪ੍ਰਦੀਪ ਸਿੰਘ ਠੋਲੂ ਦੇ। ਅਤੇ ਉਸ ਤੋਂ ਬਾਅਦ ਮੈਨੂੰ ਰਾਤੀ ਕੋਈ ਫੋਨ ਆਇਆ, ਮੰਤਰੀ ਦੇ ਪੀਏ ਬਣ ਕੇ ਕਿਸੇ ਮੁੰਡੇ ਨੇ ਫੋਨ ਕੀਤਾ ਕਿ ਮੈਡਮ ਜੀ, ਮੰਤਰੀ ਸਾਹਿਬ ਨੇ ਕਿਹਾ ਕਿ ਸਾਨੂੰ ਤੁਹਾਡੇ ਨਾਲ ਟੱਚ ਕਰਨ ਨੂੰ ਅਤੇ ਅਸੀਂ ਤੁਹਾਨੂੰ ਟਿਕਟ ਜਾਂ ਚੇਅਰਮੈਨ ਹੀ ਲੈ ਕੇ ਦੇਵਾਂਗੇ, ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਹੋ। ਅਤੇ ਅੱਜ ਦੀ ਮੀਟਿੰਗ ਜਿਹੜੀ ਵੀ ਹੋਈ ਹੈ ਵਧੀਆ ਹੋਈ ਹੈ, ਬਟ ਸਾਨੂੰ ਸਨਮਾਨਿਤ ਨਹੀਂ ਕੀਤਾ ਗਿਆ। ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿਹੜੇ ਮੰਤਰੀ ਦੇ ਪੀਏ ਤੁਸੀਂ, ਫਿਰ ਉਹਨਾਂ ਨੇ ਆਪਣਾ ਦੱਸਿਆ, ਬਟ ਉਹਦਾ ਨਾਮ ਮੈਂ ਮੰਤਰੀ ਸਾਹਿਬ ਦੇ ਨਾਮ ਨਹੀਂ ਲੈਣਾ ਚਾਹੁੰਦੀ ਹੈਗੀ। ਹਾਂਜੀ, ਆਮ ਆਦਮੀ ਪਾਰਟੀ ਦੇ ਮੰਤਰੀ ਬਣ ਗਏ? ਹਾਂਜੀ, ਆਮ ਆਦਮੀ ਪਾਰਟੀ ਦੇ। ਅਤੇ ਇਸ ਤੋਂ ਬਾਅਦ ਕੋਈ ਹੈ ਤੁਹਾਡੇ ਕੋਲ ਰਿਕੋਰਡਿੰਗ? ਹਾਂਜੀ, ਰਿਕੋਰਡਿੰਗ ਹੈਗੀ ਹੈ, ਲੇਕਿਨ ਮਤਲਬ ਕਿ 1-10 ਤਰੀਕ ਨੂੰ ਵੀ ਮੈਨੂੰ ਸਵੇਰੇ 2:38 'ਤੇ ਕੋਲ ਆਈ ਹੈ, ਉਹਦੀ ਵੀ ਰਿਕੋਰਡਿੰਗ ਹੈਗੀ ਹੈ। ਕਿੰਨੀਆਂ ਕੋਲਾਂ ਤੁਹਾਨੂੰ? 5-6 ਤਾਂ ਆਈ ਚੁੱਕੀਆਂ ਨੇ ਕੋਲ। ਇਸ ਬਾਰੇ ਕੋਈ ਤੁਸੀਂ ਐਕਸ਼ਨ ਕੀਤਾ? ਐਕਸ਼ਨ ਮੈਂ ਆਪਣੀ ਕੰਪਲੇਂਟ ਦਿੱਤੀ ਹੋਈ ਹੈ 2 ਨੰਬਰ ਥਾਣੇ 'ਚ ਵੀ, 181 'ਤੇ ਵੀ ਕੰਪਲੇਂਟ ਕੀਤੀ ਸੀ। ਫਿਰ ਮੈਂ CP ਸਾਹਿਬ ਦੇ ਪੇਸ਼ ਹੋ ਕੇ ਅਤੇ ਨਿਰਮਲ ਸਿੰਘ ACP ਦੇ ਵੀ ਕੰਪਲੇਂਟ ਉਹਨਾਂ ਨੇ ਕੀਤੀ। ਤੁਹਾਨੂੰ ਕੀ ਲੱਗਦਾ ਹੈਗਾ ਕਿਹੜਾ ਕੋਲਾ ਆ ਰਹੀਆਂ, ਕਿਆ ਸਹੀ ਮੰਤਰੀ ਸਾਹਿਬ ਵੱਲੋਂ? ਨਹੀਂ, ਸਹੀ ਨਹੀਂ ਹੈਗੇ। ਇਸ ਬਾਰੇ ਤੁਸੀਂ ਪਾਰਟੀ ਦੇ ਨਾਲ ਗੱਲਬਾਤ ਕੀਤੀ ਹੈ? ਪਾਰਟੀ ਨਾਲ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਹੈਗੀ, ਕਿਉਂਕਿ ਮੈਂ ਆਪਣੇ ਦਿਨੇਸ਼ ਢਾਲ ਜੀ ਨੂੰ ਵੀ ਬਹੁਤ ਕਾਲ ਕੀਤੀ ਹੈ, ਉਹਨਾਂ ਨੇ ਮੇਰਾ ਕਾਲ ਨਹੀਂ ਪਿੱਕ ਕੀਤੀ। ਹਾਂਜੀ, ਇਸ ਬਾਰੇ ਜਲੰਧਰ ਦੇ ਵਿਧਾਇਕ ਹੈਗੇ ਨੇ MP ਰਿੰਕੂ ਜੀ ਹੈਗੇ, ਉਹਨਾਂ ਨਾਲ ਤੁਹਾਡੀ ਕੋਈ ਇਸ ਬਾਰੇ? ਨਹੀਂ, ਇਸ ਬਾਰੇ ਨਹੀਂ ਹੋਈ, ਉਦਾਂ ਬਾਕੀ ਸਾਰਿਆਂ ਨੂੰ ਪਤਾ ਇਸ ਬਾਰੇ ਜੀ। ਅਤੇ ਪੁਲਿਸ ਹੁਣ ਕੀ ਕਹਿ ਰਹੀ ਹੈ? ਪੁਲਿਸ ਨੇ ਬੁਲਾਏ ਸੀ ਉਹ ਲੜਕਿਆਂ ਨੂੰ ਨੰਬਰ ਟਰੇਸ ਕਰਕੇ, ਅਤੇ ਉਹਨਾਂ ਨੂੰ ਬਿਠਾਇਆ ਸੀ 3-4 ਦਿਨ ਪਹਿਲੇ ਦੀ ਗੱਲ ਹੈ, ਅਤੇ ਉਹਨਾਂ ਕੋਲੋਂ ਟਾਈਮ ਲਿਆ ਹੋਇਆ ਸੀ ਮੰਡੇ ਤੱਕ ਦਾ, ਅਤੇ ਮੈਂ ਕਿਹਾ ਸੀ ਇਹਨਾਂ 'ਤੇ ਬੰਦੀ ਕਾਰਵਾਈ, FIR ਦਰਜ ਕਰੋ ਬਸ। ਜਲੰਧਰ ਦੇ? ਹਾਂਜੀ, ਜਲੰਧਰ ਦੇ। ਕਿ ਉਹਨਾਂ 3 ਨੰਬਰਾਂ ਦੇ ਵਿੱਚੋਂ 3 ਨੰਬਰਾਂ ਤੋਂ 2-3 ਵਾਰ ਉਹਨਾਂ ਨੂੰ ਕਾਲ ਆਈ ਹੈ ਕਿ ਅੱਗਿਓਂ ਕੋਈ ਮੇਲ ਦੀ ਆਵਾਜ਼ ਹੈਗੀ ਆ, ਜਿਹੜਾ ਬੋਲਦਾ ਹੈਗਾ ਕਿ ਮੈਡਮ ਤੁਸੀਂ ਜਿਹੜਾ ਇਹ ਸਾਡੀ MP ਦੀ ਚੋਣ ਸੀਗੀ, ਇਹਦੇ ਵਿੱਚ ਤੁਸੀਂ ਬਹੁਤ ਵਧੀਆ ਡਿਊਟੀ ਕੀਤੀ ਆ, ਅਤੇ ਅਸੀਂ ਤੁਹਾਨੂੰ ਪਾਰਟੀ ਦੇ ਵਿੱਚ ਕੋਈ ਜਿਹੜਾ ਹੈਗਾ ਸਨਮਾਨਜਨਕ ਅਹੁਦਾ ਦਿਵਾਉਣਾ ਚਾਹੁੰਦੇ ਹਾਂ। ਲੇਕਿਨ ਜਿਹੜੀ ਉਹ ਲੇਡੀ ਹੈਗੀ ਆ, ਉਹਨਾਂ ਨੇ ਇਹਦੇ ਉੱਤੇ ਸ਼ੱਕ ਜ਼ਾਹਰ ਕੀਤਾ ਹੈਗਾ ਕਿ ਹੋ ਸਕਦਾ ਕੋਈ ਫਾਊਲ ਪਲੇ ਨਾ ਹੋਵੇ, ਉਹਦੇ ਸੰਬੰਧ ਦੇ ਵਿੱਚ ਜਿਹੜੀ ਹੈਗੀ ਅਸੀਂ ਇਨਕੁਆਇਰੀ ਹੈਗੀ ਆ ਜਿਹੜੀ ਉਹ ਕਰ ਰਹੇ ਹਾਂ, ਜੋ ਫੈਕਟਸ ਆਉਣਗੇ ਉਹ ਲਾਸਟ ਵਿੱਚ ਤੁਹਾਨੂੰ ਅਸੀਂ ਦੱਸ ਦਿਆਂਗੇ। ਕੋਲ ਆਈ ਹੈ ਦੇਰ ਰਾਤ ਨੂੰ 2:00 'ਤੇ ਕੋਲ ਆਉਂਦੀ ਹੈ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਜਾਂਦਾ ਸਾਨੂੰ ਕੋਈ ਅਹੁਦਾ ਤੁਹਾਨੂੰ ਦਿੱਤਾ ਜਾਏਗਾ, ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈਗਾ। ਜੇ ਉਹ ਮੰਤਰੀ ਦੇ PA ਆਪਣੇ ਆਪ ਨੂੰ ਕੋਆਇਆ ਜਾ ਰਿਹਾ, ਉਹਨਾਂ ਨੇ ਆਡੀਓ ਵੀ ਕਲੀਅਰ ਮੀਡੀਆ ਦੇ ਸਾਹਮਣੇ? ਦੇਖੋ, ਫਿਲਹਾਲ ਮੈਡਮ ਨੇ ਜਿਹੜੀ ਹੈਗੀ ਆ, ਜਿਹੜੀ ਇਹ ਪੜਤਾਲ ਹੈਗੀ ਆ, ਇਨਕੁਆਇਰੀ ਆ, ਉਹ ਜੁਆਇਨ ਨਹੀਂ ਕੀਤੀ ਹੈਗੀ। ਜਦੋਂ ਮੈਡਮ ਆਉਣਗੇ ਸਾਡੇ ਕੋਲ, ਫਿਰ ਅਸੀਂ ਕੁਐਸਚਨਿੰਗ ਉਹਨਾਂ ਨਾਲ ਕਰਾਂਗੇ।